दर्द भरी कहानी छेड़ ली तो घरे दुपहरा करा देना मैनू जान दे काम ते तू बहुत पादी है जिवें हाथ टुटे होंगे ने चल तुसी थक गए होंगे आलो फड़ो आप पियो ना कुड़ी आए नहीं मैं लेने तू जा शैली चाह बना के लिया मैं चाह पीऊंगी नहीं क्यों भाभी क्यों जाऊंगी चाह बनाने वास्ते मैं लेनी है कोई गल नहीं है बनाऊंगी स्वाद बनाऊंगी ना भाई मैं तो आपके हाथी चाह बना के भाभी नूं पिलाऊंगी पता मेरा उत्थे गई दा किन्ना है चाह करदी है शैली तू बैठी की सोची जानी है चल चाह बना के लिया और रहन दो मम्मी आपदे घर ते है करती है हुन इत्थे भी करूगी दसो नहीं नहीं दीदी मैं ही चाह बना के लानी है नाले थोनू मेरे हाथी चाह बहुत पसंद है तेरी वड्डी बुढ़ी ने मेनू लंबा दिता है तेनू कम नहीं करना आंदा भांडे बहुत पांदियां तू धीए थोड़ा जिहा ध्यान नाल कम करिया कर बाकी सस्सां नू तां गल बनाउण दी आदत ही हुंदी है राई दा पहाड़ बनाउण दी आदत हुंदी है जे हुण आपां कम करांगे भांडे तां कच्च दे टुटण गए नाले तो बुढ़िया ने कम कराई जाना नाले ताने मारी जाने हैं भाभी की गल हो गई ओ हो कांच टूट गया लग्या तो नहीं थोड़े नहीं आज तुसी कोई गल छड्डो इनू आ जाओ अंदर तुसी की बनदा
ਕੁੜੇ ਹੁਣੇ ਨੇ ਉਹ ਕੁਛ ਨਹੀਂ ਬਸ ਉਹ ਇਹਦੇ ਕੱਚ ਦਾ ਗਲਾਸ ਟੁੱਟ ਗਿਆ ਇਹਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਆ ਘਰੇ ਤਾਂ ਭਾਂਡੇ ਭੰਦੀ ਉਹ ਭੰਦੀ ਆ ਮੇਰੀ ਧੀ ਦਾ ਘਰ ਵੀ ਨਹੀਂ ਛੱਡਿਆ ਸੌਰੀ ਦੀਦੀ ਮੈਂ ਬਹੁਤ ਧਿਆਨ ਰੱਖਿਆ ਪਰ ਪਤਾ ਨਹੀਂ ਗਲਾਸ ਕਿੱਦਾਂ ਮੇਰੇ ਹੱਥ ਚੋਂ ਤਿਲਕ ਗਿਆ ਤਿਲਕ ਗਿਆ ਕੰਮ ਕਰਦੀ ਦਾ ਪਤਾ ਨਹੀਂ ਕਿੱਥੇ ਤੇਰਾ ਦਿਮਾਗ ਸੱਤਵੇਂ ਅਸਮਾਨ 'ਚ ਹੁੰਦਾ ਹੈ ਮੰਮੀ ਕੀ ਤੂੰ ਐਵੇਂ ਮਾੜੀ ਜੀ ਗੱਲ ਤੇ ਭਾਬੀ ਨੂੰ ਗੁੱਸੇ ਹੋਈ ਜਾਨੀ ਆ ਮਾੜੀ ਜੀ ਗੱਲ ਮੈਂ ਤਾਂ ਇਹਦੀਆਂ ਲਾਪਰਵਾਹੀਆਂ ਤੋਂ ਦੁਖੀ ਹੋਈ ਪਈ ਆ ਉਹ ਬਸ ਕਰ ਮੰਮੀ ਹੁਣ ਤੂੰ ਬਸ ਕਰ ਤੂੰ ਭਾਬੀ ਫਿਕਰ ਨਾ ਕਰ ਬਸ ਦੇ ਘਰਾਂ 'ਚ ਨਾ ਆਹ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਫਿਰ ਕੀ ਹੋ ਗਿਆ ਜੇ ਗਲਾਸ ਟੁੱਟ ਗਿਆ ਨਵਾਂ ਆ ਜਾਊਗਾ ਨਾਲੇ ਆਹ ਸੱਸਾਂ ਨੂੰ ਨਾ ਤਾਂ ਅਰਾਈ ਦਾ ਪਹਾੜ ਬਣਾਉਣ ਦੀ ਆਦਤ ਹੀ ਹੁੰਦੀ ਆ ਨਾਲੇ ਕੰਮ ਵੀ ਕਰਾਉਣਾ ਤੇ ਉੱਪਰੋਂ ਤਾਨੇ ਵੀ ਮਾਰਨੇ ਆ ਤੂੰ ਭਾਬੀ ਦੀ ਨਿੱਕੀ ਜੀ ਗਲਤੀ ਤੇ ਕਿਵੇਂ ਉਹਦੀ ਬੇਇੱਜ਼ਤੀ ਕਰਕੇ ਧਰਤੀ ਆ ਜਿਵੇਂ ਤੂੰ ਮੈਨੂੰ ਦਰਵਾਜ਼ਾ ਬੰਦ ਕਰਕੇ ਸਮਝਾਇਆ ਸੀ ਕਿ ਆ ਭਾਬੀ ਨੂੰ ਐਵੇਂ ਨਹੀਂ ਸੀ ਸਮਝਾ ਸਕਦੀ ਤੈਨੂੰ ਤਾਂ ਮੈਂ ਪਰਦੇ 'ਚ ਹੀ ਸਮਝਾਉਣਾ ਸੀ ਤੂੰ ਮੇਰੀ ਧੀ ਆ ਕੀ ਗੱਲ ਇਹ ਕਿਸੇ ਦੀ ਧੀ ਨਹੀਂ ਜੇ ਧੀ ਦੀਆਂ ਗਲਤੀਆਂ ਨੂੰ ਆਪਾਂ ਪਰਦੇ 'ਚ ਸਮਝਾ ਸਕਦੇ ਹਾਂ ਤਾਂ ਫਿਰ ਨੌ ਦੀਆਂ ਗਲਤੀਆਂ ਦਾ ਆਪਾਂ ਢੰਡੋਰਾ ਕਿਉਂ ਪਿੱਟਦੇ ਹਾਂ ਗਲਤੀ ਤਾਂ ਹਰ ਇੱਕ ਇਨਸਾਨ ਤੋਂ ਹੁੰਦੀ ਆ ਬਸ ਫਰਕ ਇੰਨਾ ਹੀ ਆ ਵੀ ਆ ਧੀ ਦੀਆਂ ਛੁੱਪ ਜਾਂਦੀਆਂ ਨੇ ਤੇ ਨੌ ਦੀਆਂ ਛੱਪ ਜਾਂਦੀਆਂ ਨੇ ਮੰਮੀ ਤੇਰੇ ਅੱਗੇ ਨਾ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਜਿੰਨਾ ਤੂੰ ਮੇਰਾ ਧਿਆਨ ਰੱਖਦੀ ਆ ਨਾ ਮੈਨੂੰ ਪਿਆਰ ਕਰਦੀ ਆ ਉਸ ਤੋਂ ਕਿਤੇ ਵੱਧ ਪਿਆਰ ਤੈਨੂੰ ਇਹਨੂੰ ਕਰਨ ਦੀ ਲੋੜ ਆ ਦਰਸ਼ਕੋ ਹੁੰਦਾ ਨਾ ਆਪਣੇ ਘਰਾਂ ਵਿੱਚ ਵੀ ਇਹੀ ਕੁਛ ਜਿੱਥੇ ਨੌਹਾਂ ਦੀਆਂ ਗਲਤੀਆਂ ਤੋਂ ਉਹਨਾਂ ਦਬਕੇ ਮਾਰੇ ਜਾਂਦੇ ਨੇ ਤੇ ਧੀਆਂ ਦੀਆਂ ਗਲਤੀਆਂ ਤੇ ਪਰਦੇ ਪਾਏ ਜਾਂਦੇ ਨੇ ਹੁਣ ਤਾਂ ਬੰਦ ਕਰ ਦਿਓ ਨੌਹ ਧੀ ਦੇ ਵਿੱਚ ਫਰਕ